ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤ੍ਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਆਪ ਜੋ ਇਸ ਮਹਾਨ ਇਤਿਹਾਸਿਕ ਸਥਾਨ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ, ਇਹ ਪਾਵਨ ਪਵਿੱਤਰ ਇਤਿਹਾਸਿਕ ਸਥਾਨ ਕਲਗੀਧਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਹਨ। ਇਤਿਹਾਸਿਕ ਪੰਨਿਆਂ ਤੋਂ, ਇਤਿਹਾਸ ਨੂੰ ਫਰੋਲਿਆਂ ਤੋਂ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਸੰਨ 1703 ਈਸਵੀ ਦੇ ਵਿੱਚ ਜੇਜੋਂ ਦਾ ਰਹਿਣ ਵਾਲਾ ਦੇਵੀਦਾਸ ਬ੍ਰਾਹਮਣ, ਜਿਸ ਦਾ ਵਿਆਹ ਬਾਲਪਨ ਦੀ ਅਵਸਥਾ ਦੇ ਵਿੱਚ ਬਜਵਾੜੇ ਵਿਖੇ ਹੋਇਆ ਸੀ, ਉਹ ਆਪਣੀ ਘਰਵਾਲੀ ਦਾ ਡੋਲਾ ਲੈਣ ਵਾਸਤੇ ਬਜਵਾੜੇ ਪਹੁੰਚਿਆ। ਸੰਬੰਧੀਆਂ ਦੇ ਨਾਲ ਘਰਵਾਲੀ ਦਾ ਡੋਲਾ ਵਾਪਸ ਲੈ ਕਰਕੇ ਆਪਣੇ ਨਗਰ ਜੇਜੋਂ ਵੱਲ ਜਾ ਰਿਹਾ ਸੀ ਅਤੇ ਰਸਤੇ ਦੇ ਵਿੱਚ ਨਗਰ ਬਸੀ ਕਲਾਂ ਹੈ, ਇੱਥੋਂ ਦਾ ਹਾਕਮ ਜਾਵਰ ਖਾਂ, ਜਿਹੜਾ ਬੜਾ ਨਿਰਦਈ ਅਤੇ ਇਲਾਕੇ ਦੇ ਲੋਕਾਂ ਨੂੰ ਬੜੇ ਦੁੱਖ ਦੇਣ ਵਾਲਾ ਸੀ, ਨਵੀਆਂ ਵਿਆਹੀਆਂ ਦੇ ਡੋਲੇ ਆਪਣੇ ਘਰ ਪਾ ਲੈਂਦਾ ਸੀ, ਕੋਈ ਵੀ ਪੁਕਾਰ ਕਿਸੇ ਦੀ ਫਰਿਆਦ ਸੁਣਦਾ ਨਹੀਂ ਸੀ। ਇਸੇ ਤਰੀਕੇ ਨਾਲ ਦੇਵੀਦਾਸ ਦਾ ਡੋਲਾ ਵੀ ਉਸਨੇ ਆਪਣੇ ਮਹਿਲਾਂ ਵਿੱਚ ਪਾਇਆ ਹੈ। ਦੇਵੀਦਾਸ ਨੇ ਬੜੇ ਥਾਵਾਂ 'ਤੇ ਜਾ ਕੇ ਫਰਿਆਦ ਕੀਤੀ ਪਰ ਕਿਤਿਓਂ ਵੀ ਉਸ ਦੀ ਫਰਿਆਦ ਸੁਣੀ ਨਾ ਗਈ। ਸਭ ਹਾਕਮਾਂ ਨੇ ਉਸ ਦੀ ਬੇਨਤੀ ਸਵੀਕਾਰ ਨਾ ਕੀਤੀ। ਰੋਂਦਾ ਕਰਲਾਉਂਦਾ ਹੋਇਆ ਕਲਗੀਧਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਪਹੁੰਚਿਆ ਹੈ ਔਰ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਜਾ ਕਰਕੇ ਬੇਨਤੀ ਕੀਤੀ। ਕਵੀਰਾਜ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ 5ਵੀਂ ਰੁੱਤ ਦੇ 33ਵੇਂ ਅੰਸੂ ਦੇ ਵਿੱਚ ਬੜਾ ਸੁੰਦਰ ਕਥਨ ਕੀਤਾ ਹੈ। ਕਥਨ ਕਰਦੇ ਨੇ, ਭਾਈ ਸਾਹਿਬ ਜੀ, ਇੱਕ ਦਿਜ ਦੀਨ ਦੁਖੀ ਚੱਲ ਆਇਓ, ਰੋਦਤ ਉੱਚੇ ਬਾਕ ਸੁਣਾਇਓ, ਹੇ ਪ੍ਰਭ ਹਿੰਦ ਧਰਮ ਕੀ ਤੁਜਾ, ਦੀਨ ਦਿਆਲ ਦੀਰਘ ਬਲ ਪੁਜਾ। ਧੰਨ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ, ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਰਿਆਦ ਸੁਣੀ ਹੈ ਸੇਵਕ ਦੇ ਰਾਹੀਂ ਅਤੇ ਦੇਵੀਦਾਸ ਨੇ ਆਪਣੀ ਬੇਨਤੀ ਕਹੀ। ਮਹਾਰਾਜ, ਮੈਂ ਬੜੇ ਥਾਵਾਂ ਤੋਂ ਇੱਕ ਦੁਖੀ ਹੋ ਕਰਕੇ ਆਪ ਜੀ ਦੇ ਪਾਸ ਚੱਲ ਕੇ ਆਇਆ ਹਾਂ, ਕਿਸੇ ਵੀ ਥਾਂ 'ਤੇ ਮੇਰੀ ਫਰਿਆਦ ਸੁਣੀ ਨਹੀਂ ਗਈ ਹੈ। ਮੈਂ ਆਪ ਜੀ ਦੇ ਪਾਸ ਫਰਿਆਦੀ ਹੋ ਕੇ ਆਇਆ ਹਾਂ, ਮੇਰੀ ਘਰਵਾਲੀ ਦਾ ਡੋਲਾ ਦੇਵੀਦਾਸ ਬ੍ਰਾਹਮਣ ਨੇ ਖੋਲ੍ਹਿਆ ਹੈ, ਆਪ ਕਿਰਪਾ ਕਰੋ ਮਹਾਰਾਜ, ਮੈਨੂੰ ਮੇਰੀ ਘਰਵਾਲੀ ਦਾ ਡੋਲਾ ਵਾਪਸ ਕਰਵਾਓ। ਜੇਕਰ ਆਪ ਮੇਰੀ ਘਰਵਾਲੀ ਦਾ ਡੋਲਾ ਮੈਨੂੰ ਵਾਪਸ ਨਹੀਂ ਕਰਵਾਓਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਆਨਾ ਤੋਂ ਆਪ ਕੇ ਦੁਆਰ ਜਲ ਜਾਊਂ, ਆਪ ਦੇ ਦੁਆਰ 'ਤੇ ਜਲ ਕੇ ਸੜ ਕੇ ਮਰ ਜਾਵਾਂਗਾ ਜੇਕਰ ਮੈਨੂੰ ਮੇਰੀ ਘਰਵਾਲੀ ਦਾ ਡੋਲਾ ਪ੍ਰਾਪਤ ਨਾ ਹੋਇਆ ਤਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੀ ਫਰਿਆਦ ਸੁਣੀ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੂੰ ਸਿੰਘਾਂ ਦੇ ਜਥੇ ਦੇ ਸਮੇਤ ਦੇਵੀਦਾਸ ਨੂੰ ਨਾਲ ਦੇ ਕਰਕੇ ਜਾਵਰ ਖਾਂ ਨੂੰ ਸੋਧਣ ਵਾਸਤੇ ਮਹਾਰਾਜ ਨੇ ਭੇਜਿਆ ਹੈ। ਸ਼ਾਮ ਦੇ ਸਮੇਂ ਤੋਂ ਉੱਥੋਂ ਚੱਲੇ ਹਨ। ਡਾਕਟਰ ਰਤਨ ਸਿੰਘ ਜੱਗੀ ਜੀ ਦੇ ਕਥਨ ਅਨੁਸਾਰ ਸਿੱਖ ਪੰਥ ਵਿਸ਼ਵਕੋਸ਼ ਦੇ ਵਿੱਚ ਉਹਨਾਂ ਨੇ ਅੰਕਿਤ ਕੀਤਾ ਹੈ, 1703 ਦੇ 1 ਮਾਰਚ ਨੂੰ ਉੱਥੋਂ ਅਨੰਦਪੁਰ ਸਾਹਿਬ ਤੋਂ ਚੱਲ ਕੇ ਪਹੁੰਚਦੇ ਹਨ। ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਅਨੁਸਾਰ ਭਾਈ ਉਦੈ ਸਿੰਘ ਜੀ, ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਥੇ ਵਿੱਚ ਸ਼ਾਮਿਲ ਹਨ। ਭਾਈ ਈਸ਼ਰ ਸਿੰਘ ਜੀ, ਭਾਈ ਟਹਿਲ ਸਿੰਘ ਜੀ, ਭਾਈ ਦੇਵਾ ਸਿੰਘ ਜੀ ਆਦਿ ਗੁਰਸਿੱਖ ਹਨ। ਸਾਧ ਸਿੰਘ ਜੀ, ਸਤਿਗੁਰੂ ਮਹਾਰਾਜ ਦੇ ਹੁਕਮ ਅਨੁਸਾਰ ਆਣ ਕਰਕੇ ਦੇਵੀਦਾਸ ਦੀ ਬੇਨਤੀ ਨੂੰ ਮੰਨ ਕਰਕੇ ਇਹ ਜਾਵਰ ਖਾਂ ਦੇ ਨਾਲ ਮੁਕਾਬਲਾ ਕੀਤਾ। ਜੰਗ ਹੋਈ, ਜੰਗ ਦੇ ਵਿੱਚ ਕੁਝ ਸਿੰਘ ਸ਼ਹੀਦ ਹੋਏ, ਕੁਝ ਫੱਟੜ ਹੋਏ। ਜਾਵਰ ਖਾਂ ਦੀਆਂ ਮੁਸ਼ਕਾਂ ਬੰਨੀਆਂ ਹਨ, ਦੇਵੀਦਾਸ ਦੀ ਘਰਵਾਲੀ ਦਾ ਡੋਲਾ ਨਾਲ ਲਿਆ ਹੈ। ਚੱਲਦੇ ਹੋਏ ਵਾਪਸ ਇਸ ਅਸਥਾਨ ਦੇ ਉੱਤੇ 2 ਮਾਰਚ 1703 ਦਿਨ ਸੋਮਵਾਰ ਨੂੰ ਪਹੁੰਚਦੇ ਹਨ। ਰਾਤ ਦੇ ਸਮੇਂ ਇੱਥੇ ਵਿਸ਼ਰਾਮ ਕਰਦੇ ਹਨ ਅਤੇ ਜਦੋਂ ਅਗਲੀ ਸਵੇਰ ਹੁੰਦੀ ਹੈ, ਤੜਕਸਾਰ ਦਾ ਸਮਾਂ ਹੈ ਅੰਮ੍ਰਿਤ ਵੇਲੇ ਦਾ, ਦੋ ਸਿੰਘਾਂ ਦਾ ਇੱਥੇ ਜੋ ਬਹੁਤ ਹੀ ਜ਼ਿਆਦਾ ਜ਼ਖਮੀ ਸਨ ਉਹ ਸ਼ਹੀਦ ਹੋਏ, ਉਹਨਾਂ ਦਾ ਸੰਸਕਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨਾਲ ਇਸ ਅਸਥਾਨ 'ਤੇ ਕੀਤਾ ਅਤੇ ਅਗਾਂਹ ਇੱਥੋਂ ਅਨੰਦਪੁਰ ਸਾਹਿਬ ਵੱਲ ਚਾਲੇ ਪਾਏ ਹਨ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕਰਕੇ ਕਲਗੀਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਦੇਵੀਦਾਸ ਬ੍ਰਾਹਮਣ ਔਰ ਉਸ ਦੀ ਘਰਵਾਲੀ ਨੂੰ ਪੇਸ਼ ਕੀਤਾ, ਹਾਜ਼ਰ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿਜ ਕੀ ਇਸਤਰੀ ਦਿਜ ਕੋ ਦੇਈ, ਆਸ਼ਿਕ ਵਾਦ ਕਹੇ ਉਹ ਸੁਖਮਈ, ਦੋਵਾਂ ਨੂੰ ਅਸੀਸ ਦਿੱਤੀ ਹੈ ਸੁੱਖ ਦੀ ਅਤੇ ਘਰ ਵੱਲ ਤੋਰ ਦਿੱਤਾ ਹੈ। ਅਤੇ ਜਿਹੜਾ ਸਾਧ ਸੰਗਤ ਦੀ ਦੇਵੀ ਜਿਹੜਾ ਸੀ ਇਹ ਜਾਬਰ ਖਾਂ ਹਾਕਮ ਉਸ ਨੂੰ ਧਰਤੀ ਦੇ ਵਿੱਚ ਅੱਧਾ ਗਡਵਾ ਕਰਕੇ ਤੀਰਨ ਸੰਗ ਜਿਸਕੋ ਮਰਵਾਇਓ, ਤੀਰਾਂ ਦੇ ਨਾਲ ਉਹਨੂੰ ਮਰਵਾਇਆ ਹੈ, ਭਾਰੀ ਸਜ਼ਾ ਦਿੱਤੀ ਹੈ। ਸਤਿਗੁਰੂ ਮਹਾਰਾਜ ਦਾ ਮਹਾਨ ਜਾਂ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਸਾਹਿਬ ਦੇ ਹੁਕਮ ਦੇ ਅਨੁਸਾਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਸ਼ਹੀਦ ਸਿੰਘਾਂ ਦੇ ਜਥੇ ਦੇ ਸਮੇਤ ਜੋ ਸਿੰਘ ਨਾਲ ਆਏ ਸਨ ਉਹਨਾਂ ਦੇ ਜਥੇ ਸਮੇਤ ਇੱਥੇ ਆਣ ਕਰਕੇ ਚਰਨ ਪਾਏ ਹਨ। ਦੋ ਸਿੰਘ ਸ਼ਹੀਦ ਹੋਏ ਹਨ, ਉਹਨਾਂ ਦਾ ਪਾਵਨ ਦੇਹਾਂ ਦਾ ਸੰਸਕਾਰ ਇਸ ਸਥਾਨ 'ਤੇ ਕੀਤਾ ਗਿਆ ਦਿਨ ਮੰਗਲਵਾਰ 3 ਮਾਰਚ 1703 ਈਸਵੀ ਸੰਮਤ ਦੇ ਵਿੱਚ ਸੰਨ ਦੇ ਵਿੱਚ। ਸੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਨੂੰ ਮੰਨਦਿਆਂ ਉਹਨਾਂ ਨੇ ਆਪਣੇ ਪ੍ਰਾਣ ਤਿਆਗੇ ਹਨ, ਸ਼ਹੀਦੀਆਂ ਦਿੱਤੀਆਂ ਹਨ। ਇਸ ਅਸਥਾਨ 'ਤੇ ਮੰਗਲਵਾਰ ਦੇ ਦਿਨ 'ਤੇ ਭਾਰੀ ਸੰਗਤਾਂ ਜੁੜਦੀਆਂ ਹਨ। ਸਾਲ ਦੇ ਵਿੱਚ ਵਿਸ਼ੇਸ਼ ਕਰਕੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਫਰਵਰੀ ਮਹੀਨੇ ਦੇ ਵਿੱਚ ਬੜੀ ਧੂਮਧਾਮ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀਆਂ ਸੰਗਤਾਂ ਇਲਾਕੇ ਦੇਸ਼ ਵਿਸ਼ੇਸ਼ ਤੋਂ ਦੇਸ਼ ਵਿਦੇਸ਼ ਤੋਂ ਇਕੱਤਰ ਹੋ ਕਰਕੇ ਮਨਾਉਂਦੀਆਂ ਹਨ। ਇਸ ਪਾਵਨ ਇਤਿਹਾਸਿਕ ਸਥਾਨ ਦੇ ਆਪ ਜੀ ਨੂੰ ਦਰਸ਼ਨ ਦੀਦਾਰ ਹੋ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।